ਮੇਰੇ ਤਾਂ ਖੱਲੀਆਂ ਚੜ ਗਈਆਂ। ਕਿਉਂ ਕੀ ਹੋ ਗਿਆ ਓਏ? ਹਾਏ ਹੋ ਭੱਜਿਆ ਤੂੰ ਯਾਰ। ਉਹ ਕੀ ਹੋ ਗਿਆ ਤੇਰੇ? ਉੱਠ ਚੱਲ ਭੱਜ। ਓਏ ਐਂ ਨਹੀਂ ਫੌਜੀ ਬਣਦਾ ਤੂੰ, ਚੱਲ ਉੱਠ। ਉਹ ਤੂੰ ਭੱਜਿਆ ਯਾਰ, ਮੇਰੇ ਤਾਂ ਵੱਖੀ ਭਰ ਗਈ। ਉਹ ਐਂ ਨਹੀਂ ਤੂੰ ਫੌਜੀ ਬਣਦਾ, ਇਹ ਤਾਂ ਇੱਦਾਂ ਹੀ ਗੱਲ ਨਹੀਂ ਪਊਗੀ। ਬਈ ਮੈਥੋਂ ਨੀ ਭੱਜਾ ਜਾਂਦਾ, ਸਾਉਂ ਲੱਗੇ ਮੇਰੇ ਤਾਂ ਉਰ ਪੰਜਣੀਆਂ ਸਾਰੀਆਂ ਦਿਖਾਉਣ ਲੱਗ ਗਈਆਂ। ਉਹ ਕਿਉਂ ਬਈ ਯਾਰ? ਸਾਉਂ ਲੱਗੇ ਤੂੰ ਭੱਜਾ, ਮੇਰੇ ਤਾਂ ਖੱਲੀਆਂ ਚੜ ਗਈਆਂ ਯਾਰ। ਖੱਲੀਆਂ ਤਾਂ ਆਪੀ ਚੜਨਗੀਆਂ, ਉਦੋਂ ਨਾ ਅੱਡੀਆਂ ਚੱਕ ਕੇ ਬਹਾ ਲਿਆ ਕਰੋ। ਚੱਲ ਉੱਠ ਕੇ ਭੱਜ। ਉਹ ਭੱਜਾ ਯਾਰ, ਸਾਉਂ ਲੱਗੇ ਮੈਥੋਂ ਭੱਜਾ ਨੀ ਜਾਂਦਾ। ਮੈਂ ਸਾਲੇ ਤੇ ਦੋ ਮਾਰੂ ਸਾਡ ਤੇ, ਓਦਾਂ ਫੋਨ ਤੇ ਲੱਗਿਆ ਰਹਿਣਾ ਸਾਰਾ ਦਿਨ, ਭੱਜਣ ਬਾਰੇ ਤੇਰੇ ਸੂਲ ਪੈ ਜਾਂਦਾ। ਖੜਾ ਹੋ। ਉਹ ਭੱਜਿਆ ਯਾਰ ਮੂਹਰੇ। ਕਰ ਲਾ ਆਪਣੀਆਂ ਸਿੱਧੀ ਐਕਸਰਸਾਈਜ਼, ਜਾਂ ਘਰੇ ਚੱਲਾਂਗੇ ਯਾਰ ਫਿਰ। ਆਹੋ ਚੱਲਦੇ। ਓਏ ਓਏ ਮਿੱਠੂ ਓਏ, ਉਹ ਤੇਰੀ ਭੈਣ ਦੀ ਓਏ ਸੋਲਾ ਗੜ ਗੜ ਦਾ ਓਏ, ਉਹ ਤੈਨੂੰ ਨਹੀਂ ਕੱਢੀ, ਉਹ ਕੱਲੀ ਚੜ ਗਈ ਓਏ। ਖੜ ਜਾ ਓਏ, ਤੂੰ ਖੜ ਜਾ, ਉਹ ਮਿੱਠੂ ਜੱਥ ਰੱਖ, ਖੜ ਜਾ ਖੜ ਜਾ, ਬੈਠ ਪਿੱਛੇ ਜਾ। ਚੱਲ ਕਮਜ਼ੋਰੀ ਪੈ ਰਹੀ ਆ ਮੈਨੂੰ, ਹੋਰ ਲਿਆ ਕਰੋ ਬਾਏ ਅੱਡੀਆਂ ਚੱਕ ਕੇ। ਲਾ ਲਾ ਬਾਈ ਬਣ ਕੇ ਦੋ ਡੰਡ ਹੋਆ, ਫਿਰ ਘਰੇ ਲੈ ਜਾ ਮੈਨੂੰ ਹਾੜੇ ਹਾੜੇ। ਆਹੋ ਚੰਗਾ, ਵੱਡਾ ਮਿਲਖਾ ਸਿੰਘ ਦਾ ਨਾਲ ਲਿਆਉਣ ਚ ਘੱਟ ਹੈ। ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ, ਕੀਦਾ ਗਿਆ ਯਾਰ? ਉਹ ਕੁਛ ਨੀ ਯਾਰ, ਡੰਡ ਜੇ ਲਾ ਕੇ ਹਟਿਆ ਤੀ। ਅੱਛਾ, 100 ਡੰਡ ਲਾਤਾ ਤੇਰੇ ਯਾਰ ਨੇ? ਹੈ ਸੱਚੀ? ਹੋਰ ਆ, ਹਾਏ ਤੁਸੀਂ ਕਿੰਨੇ ਸਟਰੋਂਗ ਹੋ। ਆਈ ਆ ਤੇਰਾ ਯਾਰ ਸਟਰੋਂਗ ਤਾਂ ਫਿਰ। ਹੋਰ ਦੱਸ, ਲਾ ਲਾ ਉਹ ਲਾ ਲਾ। ਹੈਲੋ, ਹੋਰ ਕੌਣ ਹੈ ਤੁਹਾਡੇ ਨਾਲ? ਉਹ ਹੈਗਾਗਾ ਮਿੰਟੂ ਨੂੰ ਕੋਚਿੰਗ ਜੀ ਦਿੰਦਾ ਹੁੰਦਾਗਾ, ਮਹਾਂ ਬਣ ਜੂ ਇਹਦਾ ਕੁਛ। ਅੱਛਾ, ਹੋਰ ਨਹੀਂ ਜੇ ਨਾ ਬਣੇ ਇੱਥੇ ਫਿਰੂਗਾ ਡੰਡੇ ਵਜਾਉਂਦਾ, ਯਾਰ ਤਾਂ ਲੰਘੀ ਜਾਣਗੇ ਫਿਰ। ਹਾਂ ਲੈ ਲਦਾਖ। ਕੁੜੀ ਗੋਲ ਕਰੀ ਜਾਈ ਤੂੰ, ਮਾੜਾ ਮੋਟਾ ਤਾਂ ਹੁਣ ਕਰਿਆ ਕਰ ਹਨਾ, ਇਸ਼ਕ ਮੁਹੱਬਤ ਜੀ ਚੱਲਦੀ ਆਈ ਹੈ ਤਾਂ। ਦੇਖੋ ਤੁਸੀਂ ਵੀ ਤਾਂ ਕਰਦੇ ਹੋ, ਤੁਸੀਂ ਕਿੰਨੇ ਸਟਰੋਂਗ ਹੋ ਨਾਲੇ, ਹੋਰ ਆਪਣੇ ਗੋਲ ਵੱਲ ਵੀ ਧਿਆਨ ਦਿੰਦੇ ਹੋ। ਆ ਮੇਰੀ ਗੱਲ ਸੁਣੀ ਪ੍ਰੀਤ ਜਾਨ? ਹਾਂਜੀ ਖੰਡ। ਆ ਜਿਹੜੇ ਹੀਰ ਰਾਂਝਾ, ਸੱਸੀ ਪੁੰਨੂ, ਸਾਹਿਬਾ ਮਿਰਜ਼ਾ, ਭੈਣ ਦੀ ਮਰਾ ਗਿਆ, ਇਹਨਾਂ ਨੇ ਦੱਸ ਜੰਗ 'ਚ ਤਗਮੇ ਜਿੱਤੇ ਸੀਗੇ। ਲੋਕ ਹੁਣ ਤੱਕ ਯਾਦ ਕਰੀ ਜਾਂਦੇ ਨੇ, ਕਿਤਾਬਾਂ ਲੱਗੀਆਂ ਹੋਈਆਂ ਨੇ ਇਹਨਾਂ ਦੀਆਂ, ਸਕੂਲਾਂ 'ਚ ਅਮਰ ਨੇ ਇਹ ਅਮਰ। ਇਹ ਫੇਰ ਨਹੀਂ ਮੰਨਦਾ ਵੀ ਕਹਿੰਦਾ ਇਸ਼ਕ 'ਚ ਕੀ ਆ। ਨਾਲੇ ਮੇਰੀ ਗੱਲ ਸੁਣੋ, ਇਹ ਫੌਜੀ ਇਹ ਕਰੀ ਜਾਂਦਾ ਮੈਂ ਫੌਜੀ ਬਣੂ ਫੌਜੀ ਬਣੂ, ਵੀ ਇਹਨਾਂ ਫੌਜੀਆਂ ਨੂੰ ਕੀ ਮਿਲ ਜਾਂਦਾ? ਕਿੰਨੇ ਵਿਚਾਰੇ ਬੰਬਬਾਰੀ 'ਚ ਸ਼ਹੀਦ ਹੋ ਗਏ, ਕੋਈ ਕੋਈ ਰੋਡਾਂ ਦੇ ਸ਼ਹੀਦ ਹੋ ਜਾਂਦਾ, ਕੋਈ ਬਰਫ਼ 'ਚ ਸ਼ਹੀਦ ਹੋ ਜਾਂਦਾ। ਉਹਨਾਂ ਦਾ ਵਿਚਾਰਿਆਂ ਦਾ ਬੁੱਤ ਜਾ ਬਣਾ ਕੇ ਪਿੰਡ 'ਚ ਲਾ ਦਿੰਦੇ ਨੇ, ਮੁੜ ਕੇ ਕੋਈ ਯਾਦ ਨਹੀਂ ਕਰਦਾ। ਆਹ ਹੀਰ ਰਾਂਝੇ ਨੇ ਦੇਖ ਲੈ, ਇਹਨਾਂ ਦੀਆਂ ਬਾਤਾਂ ਪਾਉਂਦੇ ਨੇ ਲੋਕ ਬਾਤਾਂ। ਹਾਂਜੀ, ਇਹਨਾਂ ਨੇ ਆਸ਼ਕੀ ਕੀਤੀ ਸੀ ਜੀ। ਹੋਰ ਖੰਡ, ਆਸ਼ਕੀ ਆਪਾਂ ਵੀ ਕਰਦੇ, ਆਪਣੀ ਵੀ ਬਾਤਾਂ ਪਿਆ ਕਰਨਗੀਆਂ। ਆਪਾਂ ਵੀ ਅਮਰ ਹੋ ਜਾਾਂਗੇ। ਹੋਰ ਕਹੇ ਆਈ ਲਵ ਯੂ ਫਿਰ? ਆਈ ਲਵ ਯੂ ਜਾਨ। ਹਾਏ, ਆਈ ਲਵ ਯੂ ਟੂ। ਆਏਂਗੀ ਫਿਰ ਉੱਥੇ, 1000 ਰੁਪਏ ਦੇਂਗੀ? ਮੇਰੇ ਸਾਲੇ ਦੀ ਤੇਰੇ ਤਾਈ ਨਾਗ ਲੜਦਾ ਹੁੰਦਾ। ਦੇਖੋ ਤੁਹਾਨੂੰ ਪਰਸੋਂ ਦਿੱਤੇ ਸੀ।
ਮੈਂ ਮੂੰਹ ਕੁੱਟ ਦੂੰਗਾ ਜੰਗਾ ਕੱਟ ਦੇ ਫਿਰ ਮੈਨੂੰ ਤਾਂ ਪੈਸੇ ਜਿੰਨਾ ਤੱਕ ਦਿੰਦੀ ਨਹੀਂ ਉਹਨਾਂ ਤੱਕ ਗੱਲ ਨਹੀਂ ਕਰਦਾ ਕੱਟ ਮੂਣਾ ਦੇਵੇਗੀ ਚੰਗਾ ਦੀ ਚੰਗਾ ਓਕੇ ਚੰਗਾ ਆ ਮਿੰਟੂ ਦੇ ਥੋੜੀਆਂ ਜਿਹੀਆਂ ਐਕਸਰਸਾਈਜ਼ਾਂ ਜਿਹੀਆਂ ਕਰਾ ਦਾਂ ਫਿਰ ਘਰੇ ਜਾਂਦੇ ਹਾਂ ਅਸੀਂ ਚੰਗਾ ਚੰਗਾ ਕਿਉਂ ਓਏ ਸਾਲਿਆ ਬਾਲਾ ਵਹਿਲਦੀਆਂ ਤੂੰ ਉਹ ਤਾਂ ਹੀ ਹੁੰਦੀਆਂ ਨੇ ਮਿੰਟਿਆ ਇਹਨਾਂ ਦੀ ਹੁੰਦੀ ਆ ਗੀਚੀ ਵਿਸੇ ਮੱਤ ਇਹ ਤਾਂ ਜਿਹਨਾਂ ਨੂੰ ਆਪਾਂ ਦੇ ਦਈਏ ਸੂਟ ਸੂਟ ਤੇ ਤਾਂ ਵਿੜ ਜਾਂਦੀਆਂ ਨੇ ਇਹ ਜਿਹਨਾਂ ਨੂੰ ਕੋਈ ਗੁਰਦਾ ਕੱਢ ਕੇ ਦੇ ਦੇ ਨਾ ਉਹ ਤੇ ਨਹੀਂ ਵਿੜਦੀਆਂ ਇਹ ਇਹਨਾਂ ਤੋਂ ਝੂਠਾ ਪਿਆਰੀ ਚਾਹੀਦਾ ਵੀ ਬਸ ਕਰਦਾ ਬੰਦਾ ਕਰਨ ਦੇ ਸੱਚੇ ਸੁੱਚੇ ਤੇ ਨਹੀਂ ਬਈ ਮਰਦੀਆਂ ਇਹ ਉਹ ਚੱਲ ਯਾਰ ਉਹ ਤੂੰ ਇਹ ਜੀਆਂ ਗੱਲਾਂ ਨਾ ਮਰਿਆ ਕਰ ਮਤਲਬ ਉਹ ਤੂੰ ਕਰ ਲਾ ਉਹ ਕਹਿੰਦੀ ਤੀ ਕਹਿੰਦੀ ਉਹ ਜਿਹੜੀ ਉਹਦੀ ਪ੍ਰਭ ਪ੍ਰੂਪ ਉਹਦੇ ਨਾਲ ਕਰ ਲੈਣਾ ਗੱਲ ਉਹ ਚੱਲ ਯਾਰ ਓਏ ਮੈਨੂੰ ਨਹੀਂ ਪਤਾ ਪ੍ਰਭ ਪ੍ਰੂਪ ਦਾ ਭੈਣ ਦਾ ਹੋਰ ਕਿਤੇ ਡਰ ਰੱਖਿਆ ਹੁਣ ਇਹਦਾ ਡੰਗਿਆਂ ਦੱਸਦਾ ਨਹੀਂ ਉਹ ਨਹੀਂ ਚੱਲ ਯਾਰ ਨਾਲੇ ਮੈਂ ਤਾਂ ਦੂਜੀ ਨਾਲ ਵੀ ਗੱਲ ਕਰਾਂ ਪਹਿਲਾਂ ਭਰਤੀ ਹੋਣਾ ਪਾਣੀ ਲੰਘ ਜੇ ਤੂੰ ਉਧਰ ਦੀ ਪੱਟੋ ਵੱਟ ਵਗ ਜਾ ਮੇਰੇ ਸਾਲ ਦੀ ਮੰਗ ਰਾਈ ਜਾਂਦੀ ਆ ਮੇਰੇ ਜਾਣ ਤੇ ਮਾਰੂ ਥਾਪੜਾ ਮੈਂ ਹਾਏ ਓਏ 1000 ਰੁਪਿਆ ਦੇ ਗਈ ਓਏ ਕਹਿੰਦਾ 500 ਰੁਪਿਆ ਉਹਦਾ ਦੇ ਦੂੰਗਾ 500 ਰੁਪਿਆ ਰੱਖ ਲਈ ਜਾਣਾ ਓਏ ਹੋਰ ਮਾਲ ਤੈਨੂੰ ਚਾਹੀਦਾ ਹੁੰਦਾ ਵੇਟ ਮੈਨੂੰ ਕਰਨੀ ਪੈਂਦੀ ਹੈ ਤੇਰੇ ਉਹਨਾਂ ਦੇਸ਼ ਮਾਲ ਮਾਲ ਤੈਨੂੰ ਪੈਸੇ ਕੱਢ ਪਹਿਲਾਂ ਲੈ ਲੈ ਸੇ ਕੀ ਕਰੇ ਯਾਰ ਲੈ ਪਰਸੋਂ ਦਿੱਤਾ ਦੀ ਜੋ ਵੀ ਵਧੀਆ ਨਹੀਂ ਸੀ ਤੂੰ ਆ ਮਾਲ ਦੇਖੀ ਬਸ ਅੰਨਾ ਕੋ ਚੱਟਾ ਇਹ 1000 ਰੁਪਏ ਦਾ ਲੈ ਤਾ ਕਦੇ ਨਵਜੋਤ ਸਿੱਧੂ ਦੀ ਕੁੜੀ ਨੂੰ ਸੀਰੀਅਸ ਤਾਂ ਨਹੀਂ ਲੈ ਗਿਆ 20 ਰੁਪਏ ਦਾ ਚਿੱਟਾ ਦੁਕਾਨਾਂ ਤੋਂ ਮਿਲਦਾ ਗੱਲਾਂ ਮਾਰਦਾ ਪਰਸੋਂ ਦਾ ਜਮੀ ਮਿੱਟੀ ਦੀ ਗਿਆ ਦਸ਼ਹਿਰਾ ਇਹ ਖਾ ਕੇ ਤਾਂ ਦੇਖੀ ਚੰਗਾ ਸੁਰਗਾਂ ਦਾ ਖਾਂਦੇ ਨਹੀਂ ਹੁੰਦੇ ਨੂੰ ਪੀਂਦੇ ਹੁੰਦੇ ਨੇ ਚੰਗਾ ਉਹ ਗੱਲ ਸੁਣ ਮੇਰੀ ਓਏ ਉਰੇ ਆਉਦੇ ਜਸ ਕਿੱਥੇ ਰਹਿੰਦਾ ਓਏ ਉਹ ਜਸ ਖੋਪਾ ਉਹਦਾ ਯਾਰ ਤੈਨੂੰ ਪਤਾ ਤੀਵੀਂ ਬਾਜੀ ਚ ਪੈ ਰਿਹਾ ਬਥੇਰਾ ਸਮਝਾਉਣਾ ਜਮੀ ਨਹੀਂ ਸਮਝਦਾ ਗੱਲ ਸੁਣ ਮੇਰੀ ਬੈਠ ਓਏ ਜੇ ਤੈਨੂੰ ਮਿਲਿਆ ਉਹਨੂੰ ਮੇਰਾ ਸੁਣੀ ਹਾਲਾ ਦੀ ਕੀ ਉਹਦੇ ਕਿ ਮੇਰਾ 20000 ਰੁਪਇਆ ਖੜਾ ਚੰਗਾ ਬਾਈ ਤਾਂ ਮੈਨੂੰ ਪੁੱਛ ਕੇ ਦਿੱਤਾ ਸੀਗਾ ਉਹ ਮੈਂ ਪੈਸੇ ਥੋੜਾ ਦਿੱਤੇ ਨੇ ਮਾਲ ਲੈ ਗਿਆ ਸੀ ਮੇਰੇ ਤੋਂ ਫਿਰ ਉਹਦਾ ਉਹਦੇ ਨਾਲ ਮੈਂ ਤਰੀਕੇ ਨਾਲ ਗੱਲ ਕਹੀ ਦੂੰ ਉਹਨੂੰ ਚੰਗਾ ਹਾਂ ਚੱਲ ਕੋਈ ਬਾਈ ਤੂੰ ਮੈਨੂੰ ਨਾ ਯਾਰ ਮੋੜਿਆ ਕਰ ਬਾਈ ਬਣ ਕੇ ਚੱਲ ਕੋਈ ਨਹੀਂ ਤੂੰ ਮੇਰਾ ਸੁਨੇਹਾ ਲਾ ਦੇ ਉਹਨੂੰ ਨਾਲ ਇੱਕ ਗੱਲ ਹੋਰ ਹੋ ਰਿਹਾ ਹਾਂ ਸਾਲਾ ਬੁੱਗ ਜਾ ਤੈਨੂੰ ਕਿੰਨੀ ਵਾਰ ਕਿਹਾ ਵੀ ਜੇ ਮਾਲ ਲੈਣਾ ਹੁੰਦਾ ਆਪਦੇ ਫੋਨ ਤੋਂ ਫੋਨ ਕਰਿਆ ਕਰ ਤਾਂ ਚੱਕ ਕੀ ਚੱਕਿਆ ਨਹੀਂ ਜਿਹਦਾ ਫਸਦਾ ਫੋਨ ਚੱਕ ਕੇ ਮੈਨੂੰ ਫੋਨ ਲਾ ਕੇ ਬਹਿ ਜਾਂਦਾ ਚੰਗਾ ਯਾਰ ਆਪ ਤਾਂ ਮਰੇਗਾ ਨਾਲ ਸਾਲਾ ਮੈਨੂੰ ਵੀ ਮਰਾਏਗਾ ਤੂੰ ਯਾਰ ਬਸ ਮੈਨੂੰ ਮਾਲ ਦੇ ਦਿਆ ਕਰ ਬਸ ਠੀਕ ਹੈ ਮਾਲ ਅੱਗੇ ਤੋਂ ਤਾਂ ਮਿਲੂ ਜੀ ਆਪਦੇ ਫੋਨ ਤੋਂ ਮੈਨੂੰ ਫੋਨ ਕਰੇਗਾ ਚੰਗਾ ਨਾਲੇ ਸਿੱਧੀ ਮਾਲ ਦੀ ਗੱਲ ਨਾ ਕਰਿਆ ਕਰ ਪਹਿਲਾਂ ਚੰਗਾ ਨਾਲੇ ਸਾਰੇ ਪਿੰਡ ਨੇ ਅੱਖਰ ਅੱਖਰ ਕੇ ਮੇਰੇ ਤੇ ਮਰਵਾਵੇਗਾ ਮੈਨੂੰ ਨਾਲੇ ਮਰੇਗਾ ਕੰਪਲੇਨ ਕਹਿ ਦਿਆ ਕਰੂੰ ਕੋਸ ਮਰਜ਼ੀ ਕਹਿ ਦਿਆ ਕਰ ਗੱਲ ਨੂੰ ਚਿੱਟੇ ਨੂੰ ਚਿੱਟਾ ਨਹੀਂ ਕਰ ਚੰਗਾ ਯਾਰ ਬਾਈ ਬਣ ਕੇ ਮੈਂ ਲਾਉਣਾ ਸੀ ਬਾਕੀ ਮੈਂ ਤਾਂ ਕੰਮ ਔਖਾ ਹੋ ਰਿਹਾ ਮੇਰਾ ਤਾਂ ਜਵਾਬ ਦੇਣ ਲੱਗ ਗਿਆ ਨਹੀਂ ਉਹ ਤੂੰ ਲੈ ਲਿਆ ਕਰਦਾ ਯਾਰ ਗੁਰੂ
ਕੀ ਕਰਦੀ ਆ ਮੇਰੀ ਖੰਡਾ? ਮੈਂ ਕੁਝ ਨਹੀਂ, ਬਸ ਦਾਲ ਸਾਫ ਕਰਦੀ ਸੀ, ਰੋਟੀ ਬਣਾਉਣੀ ਆ। ਹੋਰ ਦੱਸ, ਗੁਗਲੂ ਮੁਗਲੂ ਮੇਰਾ ਕੀ ਕਰਦਾ? ਦੱਸਿਆ ਕਿ ਦਾਲ ਸਾਫ ਕਰਦੀ ਸੀ, ਤੁਸੀਂ ਦੱਸੋ ਤੁਸੀਂ ਕੀ ਕਰਦੇ ਸੀ, ਕਿੱਥੇ ਸੀ ਨਾਲੇ? ਕੁਛ ਨਹੀਂ, ਮੈਂ ਤਾਂ ਯਾਰਾਂ ਨਾਲ ਗਿਆ ਹੋਇਆ ਚੰਡੀਗੜ੍ਹ। हाथ लगाए तो डर जाएगी, बाहर निकालेंगे मर जाएगी, है ना खंडा? अपनी भी आही कहानी है दोनों दी। मैं भी मर जू खंडा, मेनू तो सौ लगे टैक हो तेरे तो बिना। ਓਹ ਹੋਰ ਕਿਵੇਂ ਆ, ਕਿਵੇਂ ਠੀਕ ਆ? ਹੋਰ ਵਧੀਆ, ਬਸ ਤੁਸੀਂ ਦੱਸੋ। ਯਾਰ ਬੋਲਿਆ ਵੀ ਨਹੀਂ ਜਾਂਦਾ ਮੈਥੋਂ, ਤਾਂ ਮੇਰੇ ਮੂੰਹ 'ਚ ਸਾਲੇ ਜਿਹੇ ਹੋ ਰਹੇ ਨੇ ਖੰਡਾ। ਹਾਏ ਤੁਸੀਂ ਐਂ ਕਹੋ, ਉਹ ਖਾ ਲਿਓ, ਨਹੀਂ ਖਾ ਲਿਓ ਨਹੀਂ, ਉਹਦਾ ਪਾਣੀ ਪੀ ਲਿਓ, ਗੋਲ ਗੱਪਿਆਂ ਦਾ। ਪਾਸ਼ ਨਹੀਂ ਹੈਗੇ। ਹਾਏ ਹੰਪੀਰ ਫੇਲ ਬੰਦਨ। ਚਲੋ ਮੇਰੀ ਗੱਲ ਸੁਣ। ਹਾਂਜੀ। ਉਹ ਪੈਸਿਆਂ ਦੀ ਗੱਲ ਯਾਦ ਆ ਗਈ ਮੈਨੂੰ, ਉਹ 1000 ਰੁਪਇਆ ਦੇ ਦੇਂਗੇ ਯਾਰ? ਪਿਆਰ ਤਾਂ ਕਰਦਾ ਤੈਨੂੰ, ਕੀ ਚੱਟੂ ਤੈਨੂੰ ਯਾਰ ਦੱਸਿਆ ਤਾਂ ਹੈਗਾ ਸਿਲੰਡਰ ਭਰਾ ਲਿਆ ਦੀ ਯਾਰ, ਆਏਗਾ ਨੂੰ ਕਰਦੀ ਦੇ ਦੇ 500 ਦਾ ਕਰਦੇ ਹੱਲ ਫਿਰ। ਤੂੰ ਨਾ ਹੋਵੇਗੀ ਭੈਣ ਦੀ, ਕੱਟ ਦੇ ਫੋਨ ਜਾਪਦਾ, ਮੈਨੂੰ ਲਾਇਆ ਕਰ ਫਿਰ ਭੈਣ ਦੀ। ਜਲਦੀ ਆ, ਰੁੱਸ ਗਈ ਹੁਣ, ਕੀ ਕਰਾਂ ਯਾਰ ਪੈਸਿਆਂ ਦਾ, ਭੈਣ ਦੀ ਉਹ ਨਹੀਂ ਸਮਾਨ ਦਿੰਦਾ ਪੈਸਿਆਂ ਤੋਂ ਪਹਿਲਾਂ, ਹੋਰ ਲਾਉਣਾ ਕੋਈ ਜੁਗਾੜ ਦੇ ਕੇ, ਤਾਂ ਕੀ ਕਰਾਂ ਯਾਰ। ਹੈਲੋ ਹੈਲੋ, ਕਿੱਥੇ ਆ ਮਿੰਟੂ? ਆਏ ਕੀ ਕੰਮ ਆ? ਉਹ ਕੰਮ ਦੀ ਯਾਰ, ਜਾ ਕੇ ਆਉਣਾ ਕਿਤੇ, ਮੈਂ ਤਾਂ ਯਾਰ ਘਰਾਟ ਗਿਆ ਬਾਪੂ ਨੂੰ ਛੱਡਣ। ਕਿਉਂ? ਉਹ ਵਿਆਹ ਜਾ ਜਾਣਾ ਉਹਨੇ। ਅੱਛਾ, ਕਦੋਂ ਕਹੇਗਾ? ਲੱਗ ਜਾਣਗੇ 20 ਮਿੰਟ, ਤੂੰ ਕੰਮ ਦੱਸ ਗਈ ਆ ਕੰਮ ਦੀ? ਚੱਲ ਠੀਕ ਆ ਫਿਰ, ਮੈਂ 20 ਮਿੰਟ ਲੱਗ ਜਾਣਗੇ। ਚਲ ਚੰਗਾ ਚੰਗਾ। ਭੈਣ ਦਾ ਮਿੰਟੂ ਨੇ ਵੀ ਨਹੀਂ ਦੇਣੇ ਪੈਸੇ ਯਾਰ, ਮਿੰਟੂ ਕੋਲ ਆਪ ਕਿੱਥੇ ਨੇ ਪੈਸੇ? ਭੈਣ ਦੀ ਉਹ ਵੀ ਹੱਥ ਖੜੇ ਕਰ ਗਈ ਕਿ ਨਹੀਂ ਮੇਰੇ ਲਵੇ ਤਾਂ ਹੈ ਨਹੀਂ। ਇਹ ਗਿਆ ਯਾਰ ਆਪਦੇ ਬਾਪੂ ਨੂੰ ਛੱਡਣ ਘਰਾੜ 'ਤੇ, 20-25 ਮਿੰਟ ਤਾਂ ਲਾ ਕੇ ਆਊਗਾ, ਚਾਬੀ ਵੀ ਪਤਾ ਮੈਨੂੰ, ਸਾਲਾ ਹੋਰ ਕੋਈ ਹੱਲ ਵੀ ਨਹੀਂ ਹੈਗਾ, ਕੁਛ ਨਹੀਂ ਹੁੰਦਾ ਬੱਬੂ ਆਊਏ, ਇੱਥੇ ਹੀ ਕਰ ਯਾਰ ਮਾਰ, ਨਾਲੇ ਉਹਨੂੰ ਕਿਹੜਾ ਪਤਾ ਲੱਗਣ ਦਿੰਦੇ ਆਪਾਂ, ਆਪਾਂ ਤਾਂ 5-10 ਮਿੰਟ 'ਚ ਕਰ ਦਾਂਗੇ ਕੰਮ।
ਕਾਪੀ ਤੇ ਮੈਂ ਉੱਪਰ ਜੀ ਰੱਖ ਕੇ ਕਾਜੀ ਗਾਂ ਰਸਕਾਈ ਪੀ ਲੈ ਲੈ ਵੀ ਬਣਾ ਸੰਨੀ ਸੁੰਨੀ ਫਿਰ ਕਰਾਂਗੇ ਪਹਿਲਾਂ ਪਨਾ ਕੇ ਜੀ ਡੇਢ ਸੌ ਸੱਤ ਸੌ ਸਾਰੇ ਕੋਠੇ ਦੀ ਜਿਹੜੇ ਤੈਨੂੰ ਪਤਾ ਮੈਂ ਦੇਖਿਆ ਉਹ ਸਿਲੰਡਰ ਲਾ ਕੇ ਲੈ ਗਿਆ ਯਾਰ ਕੋਈ ਆਪਣਾ ਅੱਛਾ ਹੋਰ ਯਾਰ ਮੈਂ ਹੁਣ ਉਹ ਦੇਖਦਾ ਫਿਰਦਾ ਸੀ ਯਾਰ ਗੁਆਂਢੀਆਂ ਨੇ ਵੀ ਪੁੱਛਿਆ ਇੱਧਰ ਕਿੱਧਰ ਜਾਂਦਾ ਫਿਰ ਉਹ ਇੱਧਰ ਸਰਪੰਚ ਲਵੇ ਜਾ ਕੇ ਆਉਂਦਾ ਜੀ ਉਹ ਸਰਪੰਚ ਕਿੱਧਰ ਇੱਧਰ ਪੱਪੀ ਕਬਾੜੀ ਦੀ ਦੁਕਾਨ ਹੈ ਓਏ ਹਾਂ ਪੱਪੀ ਕਬਾੜੀ ਨਾਲ ਕਹਿਲੂ ਨਹੀਂ ਹੈਗਾ ਪੈਂਚਰ ਵਾਲਾ ਉਹਦੇ ਨਾਲ ਮੋਟਰਸਾਈਕਲ ਖੜਾ ਕੇ ਆਇਆ ਸੀ ਉਹ ਲੈਣ ਜਾਂਦਾ ਓਏ ਹੁਣੀ ਆਇਆ ਮੈਂ ਉਧਰੋਂ ਸੌ ਲੱਗੇ ਬਾਈ ਉਹਦੀ ਤਾਂ ਕੁੜੀ ਦੇ ਸੱਟ ਵਜੀ ਦੜਬੇ ਲੈ ਕੇ ਗਿਆ ਹੋਇਆ ਅੱਛਾ ਯਾਰ ਹਾਂ ਯਾਰ 15 ਮਿੰਟ ਪਹਿਲਾਂ ਦਾ ਮੋਟਰਸਾਈਕਲ ਖੜਾ ਕੇ ਆਇਆ ਓਏ ਹੁਣੀ ਆਇਆ ਮੈਂ ਉਹਦੇ ਸੱਟ ਡਾਕੇ ਵਗ ਗਿਆ ਉਹਦਾ ਵਿਚਾਰਾ ਬਹੁਤ ਔਖਾ ਹੋ ਰਿਹਾ ਸੀ ਨਾਲੇ ਤੂੰ ਸਰਪੰਚ ਲਵੇ ਕੀ ਕਰੇਗਾ ਉਹ ਸਰਪੰਚ ਨੂੰ ਨਾਲ ਲੈ ਕੇ ਯਾਰ ਰਿਪੋਰਟ ਲਿਖਾ ਕੇ ਆਉਂ ਕੱਲ ਨੂੰ ਅਗਲਾ ਕੋਈ ਹੋਰ ਸਮਾਨ ਚੱਕ ਕੇ ਲੈ ਜਾਓ ਉਹ ਮੇਰੀ ਗੱਲ ਸੁਣ ਬੌਲਾ ਬਣਿਆ ਤੂੰ ਸਰਪੰਚ ਲਵੇ ਸਰਪੰਚ ਤੈਨੂੰ ਠਾਣਿਆਂ 'ਚ ਤੋਰੀ ਫਿਰੂਗਾ ਉੱਥੇ ਪਰਸੋਂ ਨੂੰ ਤੇਰੀ ਭਰਤੀ ਹੈਗੀ ਬਾਈ ਤੂੰ ਭਰਤੀ ਦੇਖ ਲੈ ਕੀ ਲੈਣਾ ਉਹਦਾ ਸੜਿਆ ਜਿਹਾ ਪਰਚਾ ਪਾ ਕੇ ਤੈਨੂੰ 4 ਦਿਨ 5 ਦਿਨ ਉੱਥੇ ਘੜੀਸੀ ਫਿਰਨਗੇ ਇਹ ਗੱਲ ਤਾਂ ਤੇਰੀ ਵੀ ਠੀਕ ਹੈ ਨਾਲੇ ਇੱਕ ਸਿਲੰਡਰ ਪਿੱਛੇ ਤੂੰ ਇੱਕ ਦਿਨ ਖਾਦਾ ਗੋਬਰ ਗੈਸ ਲਵਾ ਲੇਗਾ 40,000 ਰੁਪਇਆ ਤਨਖਾਹ ਜੇ ਜੰਮੂ 'ਚ ਡਿਊਟੀ ਲੱਗ ਗਈ ਤੇਰੀ ਬੌਲਾ ਬਣਿਆ ਤੂੰ ਚੱਲ ਠੀਕ ਹੈ ਫਿਰ ਕੋਈ ਨਹੀਂ ਹੈ ਤੂੰ ਜਾ ਆ ਜਾ ਉਹਦਾ ਕੁੜੀ ਬਿਮਾਰ ਆ ਉਹਦੀ ਤਾਂ ਇੱਧਰ ਹੀ ਚੱਲਦਾ ਫਿਰ ਮੋਟਰਸਾਈਕਲ ਕੋਈ ਨਾ ਮੈਂ ਲਿਆਊਂਗਾ ਤੇਰੇ ਭਾਈ ਦੇ ਮਾਨ ਨਹੀਂ ਤੈਨੂੰ ਆ ਜਾ ਚੱਲ ਗਿਆ ਹੋਰ ਮੈਨੂੰ ਲੱਗਦਾ ਤਾਂ ਬਾਈ ਕੈਲੀ ਅਮਲੀ ਦਾ ਕੰਮ ਲੱਗਦਾ ਉਹਨੇ ਸੰਭਰਦਾ ਤੁਹਾਡਾ ਸਿਲੰਡਰ ਉਹ ਯਾਰ ਕੈਲੀ ਦਾ ਕਾਹਨੂੰ ਉਹਨੂੰ ਤਾਂ 2 ਮਹੀਨੇ ਹੋ ਗਏ ਜੇਲ੍ਹ 'ਚ ਉਹਨਾਂ ਦਾ ਪਟਵਾਰੀ ਦਾ ਮੋਟਰਸਾਈਕਲ ਚੱਕ ਲਿਆ ਸੀ ਅੱਛਾ ਮੈਨੂੰ ਤਾਂ ਇਹ ਸਾਡੇ ਕਿਸੇ ਭੇਤੀ ਦਾ ਕੰਮ ਲੱਗਦਾ ਭੇਤੀ ਦਾ ਕਾਹਨੂੰ ਯਾਰ ਮੈਂ ਤੂੰ ਬੌਲਾ ਹੋਇਆ ਤੂੰ ਭੇਤੀ ਦਾ ਕੰਮ ਯਾਰ ਭੇਤੀ ਦਾ ਕੰਮ ਹੈ ਜਿੱਥੇ ਅਸੀਂ ਚਾਬੀ ਰੱਖਦੇ ਹਾਂ ਉੱਥੋਂ ਹੀ ਚਾਬੀ ਚੱਕੀ ਹੈ ਪਤੰਦਰ ਨਾਲੇ ਲੋਕ ਵੀ ਲੈ ਕੇ ਗਿਆ ਸਿਲੰਡਰ ਚੱਕ ਕੇ ਨਹੀਂ ਚੋਰ ਲੋਕ ਥੋੜ੍ਹੀ ਲੈ ਕੇ ਆਉਂਦੇ ਦੁਬਾਰੇ ਨਾ ਨਾ ਭੇਤੀ ਦਾ ਕੰਮ ਨਹੀਂ ਬਾਈ ਇਹ ਤਾਂ ਕੋਈ ਉੱਪਰੇ ਬੰਦੇ ਦਾ ਕੰਮ ਹੈ ਦੂਰ ਦੁਰਾਡੇ ਵਾਲੇ ਦਾ ਮੈਨੂੰ ਤੂੰ ਐਵੇਂ ਕਿਉਂ ਭੇਤੀ ਦੇ ਦੂਸਣ ਲਾਉਣਾ ਕਿਸੇ ਦੇ ਐਵੇਂ ਨਾਂ ਰੱਖਿਆ ਗਿਆ ਹੋਰ ਸਿਆਪਾ ਖੜਾ ਹੋਊ ਬਾਈ ਉਹ ਫਿਰ ਪਤਾ ਤਾਂ ਕਰਨਾ ਪਊ ਅਗਲਾ ਕੁਝ ਹੋਰ ਲੈ ਜੇ ਯਾਰ ਕੱਲ੍ਹ ਚੱਕ ਮੇਰੀ ਗੱਲ ਸੁਣ ਤੂੰ ਪਹਿਲਾਂ ਭਰਤੀ ਦੇਖ ਲੈ ਕੀ ਲੈਣਾ ਹਜੇ ਤਾਂ ਸਿਲੰਡਰਾਂ ਤੋਂ ਬਾਈ ਇਹਦਾ ਫਿਰ ਵੀ ਆਉਂਦੀ ਜਾਂਦੀ ਲੋਹ ਹੈਗਾ ਕਿੰਨੀ ਕੁ ਗੱਲ ਹੈਗੀ ਇਹ ਮੈਂ ਤਾਂ ਕਹਿਣਾ ਜੇ ਕਿਸੇ ਨੇ ਚੱਕਿਆ ਉਹਦਾ ਬਾਈ ਬੇੜਾ ਬਈ ਜੀ ਯਾਰ ਉਹ ਚੱਲ ਬੇੜਾ ਦਾ ਕਾਹਨੂੰ ਬੈਠੇ ਕੋਈ ਨਹੀਂ ਆਪਾਂ ਦੇਖਦੇ ਹਾਂ ਸਰਪੰਚ ਨਾਲ ਗੱਲ ਕਰਦੇ ਆਖਿਰਕਾਰ ਭਰਤੀ ਵਾਲਾ ਦਿਨ ਆ ਹੀ ਗਿਆ ਮਿੰਟੂ ਤੇ ਉਸਦਾ ਨਸੇੜੀ ਦੋਸਤ ਦੋਵੇਂ ਭਰਤੀ ਵੇਖਣਗੇ ਮਿੰਟੂ ਨੇ ਭਰਤੀ ਕਲੀਅਰ ਕਰ ਲਈ ਪਰ ਉਸਦਾ ਨਸੇੜੀ ਦੋਸਤ ਰੇਸ ਵਿੱਚੋਂ ਹੀ ਬਾਹਰ ਹੋ ਗਿਆ ਮਿੰਟੂ ਨੇ ਐਗਜ਼ਾਮ ਵੀ ਕਲੀਅਰ ਕਰ ਲਿਆ ਓਕੇ ਹਾਲ ਨੇ ਬਾਈ ਮਿੰਟੂ ਉਹ ਵਧੀਆ ਬਾਈ ਸਿਮਰ ਤੂੰ ਦੱਸ ਵਧੀਆ ਵਧੀਆ ਵਧਾਈਆਂ ਤੈਨੂੰ ਪੇਪਰ ਕਲੀਅਰ ਹੋ ਗਿਆ ਤੇਰਾ ਚੱਲ ਬਾਈ ਰੱਬ ਸਭ ਨੂੰ ਵਧਾਵੇ ਹੋਰ ਸੁਣਾ ਫਿਰ ਆ ਜਾ ਨਾਲੇ ਕੰਮ ਕਰੀ ਜਾਂਦੇ ਆਪਾਂ ਚੱਲ ਚੱਲ ਹੋਰ ਫਿਰ ਕੀ ਕਰਦਾ ਹੁੰਦਾ ਅੱਜ ਕੱਲ੍ਹ ਮੈਂ ਤਾਂ ਵਿਹਲਾ ਹੀ ਹਾਂ ਮੈਂ ਤਾਂ ਕੀ ਕਰਨਾ ਵਿਹਲਾ ਹੀ ਹਾਂ ਪਤੰਦਰਾ ਕੋਈ ਕੰਮ ਧੰਦਾ ਕਰ ਲਿਆ ਕਰਾਂ ਕੀ ਕੰਮ ਕਰੀਏ ਦੱਸ ਪਾ ਬੈਂਚ ਨੂੰ ਹੱਥ ਕੰਮ ਹੀ ਕੰਮ ਹੈ ਸੇਵਾ ਕਰੀਏ ਆਪਾਂ ਚੱਕ ਕਰਾਂ ਚਲੋ ਜੀ ਆ ਜਾ ਆ ਜਾ ਆ ਜਾ ਕਿੱਥੇ ਲਾਉਣੇ ਨੇ ਇਹ ਉਹ ਅੰਦਰ ਲਾਉਣਾ ਆਪਾਂ ਆ ਜਾ ਕੋਈ ਨਹੀਂ ਚੱਕ ਲੈ ਤੂੰ ਕੰਮ ਕਿਉਂ ਨਹੀਂ ਕਰਦਾ ਕੋਈ ਟਿੱਕੇ ਹੋਏ ਓਏ ਹੁਣ ਕੀ ਕੰਮ ਕਰਾਂ ਮੈਂ ਟਿੱਕੇ ਕਿਉਂ ਯਾਰ ਆ ਅਵਤਾਰ ਨੂੰ ਦੇਖ ਲੈ ਹੁਣ ਤੂੰ ਕਿਉਂ ਅਵਤਾਰ ਨੇ ਤੈਨੂੰ ਕੀ ਕਹਿਤਾ ਓਏ ਉਹ ਤੂੰ ਆਪ ਦੱਸ ਆ ਕਿੰਨਾ ਕੁ ਭਾਰੀ ਟੇਬਲ ਹੈਗਾ ਹਾਂ ਮੇਰੇ ਕੱਦ ਦਾ ਮਜ਼ਾਕ ਉਡਾਉਂਦੇ ਜੀ ਕਹਿੰਦੇ ਚੱਕ ਲਓਗੇ ਦੱਸ ਤੁਸੀਂ ਉਹ ਮੈਂ ਤਾਂ ਹੀ ਹਰੇਕ ਕੰਮ ਤੋਂ ਹਟ ਜਾਂਦਾ ਯਾਰ ਹਰੇਕ ਕੋਈ ਕੱਦ ਦਾ ਮਜ਼ਾਕ ਉਡਾਉਂਦਾ ਗਾ ਮੈਂ ਚੱਲ ਕੋਈ ਨਹੀਂ ਲੋਕਾਂ ਦਾ ਕੀ ਆ ਯਾਰ ਆਪਦੇ ਕੰਮ ਕਰਨੀ ਧਿਆਨ ਰੱਖੋ ਬਸ ਕੰਮ ਤਾਂ ਕਰ ਲੈ ਹੁਣ ਇਹਨੂੰ ਕੰਮ ਕਰਨੀ ਦਾ ਧਿਆਨ ਹੈਗਾ ਜੀ ਨਹੀਂ ਲੱਗਦਾ ਫਿਰ ਹੋਰ ਕਿਸੇ ਕੰਮ ਤੇ ਸਾਰੇ ਤਰ੍ਹਾਂ ਮਜ਼ਾਕ ਉਡਾਉਂਦੇ ਨੇ ਹੈ ਹੋਰ ਕੱਦ ਦਾ ਮਜ਼ਾਕ ਉਡਾਉਂਦੇ ਨੇ ਯਾਰ ਲੋਕਾਂ ਦੀ ਪਰਵਾਹ ਨਾ ਕਰੇ ਆਪਦੇ ਕੰਮ ਤੱਕ ਬੰਦਾ ਵਫਾਦਾਰ ਰਹੇ ਬਸ ਉਹ ਤਾਂ ਲੋਕ ਜੋ ਕਹਿੰਦੇ ਨੇ ਕਹੀ ਜਾਂਦੇ ਆ ਮੈਨੂੰ ਬਹੁਤ ਕੁਝ ਕਹਿੰਦੇ ਹੁੰਦੇ ਸੀ ਵੀ ਤੂੰ ਭਰਤੀ ਕੱਢ ਲਏਗਾ ਐ ਕਰ ਲਏਗਾ ਫਲਾਣਾ ਕਰ ਲਏਗਾ ਚੱਲ ਤੇਰਾ ਤਾਂ ਵਧੀਆ ਲੋਟ ਆ ਗਿਆ ਹਨਾ ਯਾਰ ਲੋਟ ਤਾਂ ਚੱਲ ਬਾਈ ਦੇਖ ਮਿਹਨਤ ਆ ਹਨਾ ਬਾਕੀ ਬਾਬੇ ਦੀ ਕਿਰਪਾ ਹਨਾ ਆਪਾਂ ਬੰਦਾ ਮਿਹਨਤ ਕਰਨ ਵਾਲਾ ਫਲ ਦੇਣ ਵਾਲਾ ਉਹ ਮਾਲਕ ਹੈ ਬਸ ਮਿਹਨਤ ਨਾ ਛੱਡੋ ਆਪਾਂ ਤਾਂ ਇੱਕ ਗੱਲ ਕਹਿੰਦੇ ਹਾਂਗੇ ਨਾ ਵਧੀਆ ਗੱਲ ਆ ਯਾਰ ਅੱਛਾ ਚੱਲ ਹੁਣ ਐ ਦੱਸ ਤੈਨੇ ਟ੍ਰੇਨਿੰਗ ਤੇ ਕਦੋਂ ਜਾਣਾ ਬਸ ਬਾਈ ਚਿੱਠੀ ਆ ਗਈ ਆਪਾਂ 3 ਤਰੀਕ ਨੂੰ ਹੀ ਜਾਣਾ ਅੱਛਾ ਚੱਲ ਵਧੀਆ ਵਧੀਆ ਯਾਰ ਤਾਂ ਤਾਂ ਲੋਟ ਆਇਆ ਕੰਮ ਵਧੀਆ ਤੇ ਤਾਂ ਮਿਹਨਤ ਦਾ ਹੋਰ ਬਾਈ ਵਧੀਆ ਰੱਬ ਨੇ ਓ ਮਿੰਟੂ
हां भाई बब्बू भज गया वो की हो गया ओए रे आ काम है एक मिनट से मुंह आया मैं भाई हां भाई ना मेरा ओ भाई ओ की हो गया मेरा सड़ा तै मेनू दसी नहीं हुए जदों तेरी मैं गल कराउंदा जदों तक करी नहीं बड़ा पूर्ण भक्त बन जांदा जदों तक है मेरा गोल है हुण तक कर भी लेती हुए ओ की हो गया ओ मेनू प्रीति ने दस्या मेरे वाले ने तां प्राव नाल गल कर ली बब्बू तू मेरे बारे सारा कुछ जानदा ते तेनू मेरे घर दे हालात भी पता ने ते उधर प्रभ दा बापू एक पोलिटिकल बंदा ते मेरा बापू एक दिहाड़ीदार आखिर नू मैं दिहाड़ीदार दी पुत्त बजना सी ना तू हुण आप ही दस बब्बू एक पोलीटिकल बंदा आपकी धी नूं एक दिहाड़ीदार दे पुत्त नाल किवें तोर दूं चल मन लै मैं प्रभ नाल गल भी कर लैंदा कि उहदे घर दे ने साडी मैरिज लई मन जाणा सी नहीं ना चल इह भी मन लिया मैं उहनूं कढ के भी लै आउंदा इज्जतां दा घाण करके भी लै आउंदा पर अज जिहड़ा पिंड मेरे प्यो नूं बाई बाई करके बुलाउंदा ना फिर उही पिंड कुत्ता कंजर कह के बुलाया करदा ते उधर प्रभ दे प्यो नूं जिहड़े पंज पिंड सलाम करदे ने उत्थों दी वी उहनूं नीवी पा के लंघणा पैंदा ਬਈ ਜਦੋਂ ਮੈਂ ਤੇਰੇ ਲਈ ਆਪਦੀਆਂ ਗੋਲ ਦੀਆਂ ਗੱਲਾਂ ਕਰਦਾ ਸੀ ਨਾ ਤਾਂ ਤੂੰ ਮੇਰਾ ਮਜ਼ਾਕ ਉਡਾਉਂਦਾ ਹੁੰਦਾ ਸੀ ਪਰ ਅੱਜ ਮੈਂ ਇਕੱਲਾ ਗੋਲ ਨਹੀਂ ਹਾਸਿਲ ਕੀਤਾ ਮੇਰੇ ਪਿਓ ਦੀਆਂ ਖੁਸ਼ੀਆਂ ਮੈਂ ਆਪਦਾ ਪਿਆਰ ਹਾਸਿਲ ਕੀਤਾ ਅਤੇ ਸਾਰੇ ਪਾਸੇ ਇੱਜ਼ਤ ਹਾਸਿਲ ਕੀਤੀ ਆ ਹੁਣ ਤੂੰ ਮੈਨੂੰ ਇਹ ਦੱਸ ਜੇ ਮੈਂ ਕੱਲ੍ਹ ਨੂੰ ਵਰਦੀ ਪਾ ਕੇ ਉਹਦੇ ਪਿਓ ਕੋਲ ਜਾ ਕੇ ਉਹਦੀ ਧੀ ਦਾ ਹੱਥ ਮੰਗਿਆ ਉਹ ਮੈਨੂੰ ਕਿਵੇਂ ਨਾ ਕਰ ਦੂੰ ਨਹੀਂ ਨਾ ਕਿਉਂ ਅੱਜ ਮੇਰਾ ਫਿਊਚਰ ਸਿਕਿਓਰ ਹੈ ਅਤੇ ਮੇਰਾ ਪਿਓ ਅੱਜ ਦਿਹਾੜੀਦਾਰ ਨਹੀਂ ਇੱਕ ਫੌਜੀ ਦਾ ਪਿਓ ਵੱਜਦਾ ਚੰਗਾ ਓਏ ਕੋਈ ਸਤਸੰਗ ਜੀ ਲਾ ਕੇ ਬਹਿ ਜਾਂਦਾ ਜਿਹੜਾ ਕੰਮ ਕਿਹਾ ਉਹਦਾ ਤੂੰ ਕਰਦਾ ਨਹੀਂ ਹੈਗਾ ਉਹ ਦੱਸ ਫਿਰ ਗੁੱਸਾ ਕਿਉਂ ਕਰਦਾ ਕੀ ਯਾਰ ਮੈਨੂੰ ਪਾਰਟੀ ਦੇ ਹੁਣ ਨਾਲੇ ਤੂੰ ਤਾਂ ਵਗ ਜਾਏਗਾ ਪਰਸੋਂ ਨੂੰ ਚੱਲ ਯਾਰ ਗੱਲ ਕੀ ਆ ਪਾਰਟੀ ਦੀ ਮਾਰ ਗਿਆ ਕਗਰਾ ਹੱਸ ਨਹੀਂ ਕੀ ਗਾਣਾ ਕਰਨ ਲੱਗ ਤੂੰ ਯਾਰ ਗੁੱਸੇ ਨਾ ਹੋਇਆ ਕਰ ਮੇਰੇ ਨਾਲ ਉਹ ਦਿਮਾਗ ਜੇ ਲਾ ਕੇ ਬਹਿ ਮੈਨੂੰ ਪਤਾ ਸਾਰੇ ਪਿੰਡ 'ਚ ਤੇਰੇ ਨਾਲ ਪਿਆਰ ਆ ਮੇਰਾ ਚੱਲ ਚੱਲੀਏ ਇੱਧਰ ਨੂੰ ਕੱਢ ਲੈ ਇੱਧਰ ਨੂੰ ਮੁੜਦਾ ਨਹੀਂ ਮੇਰੀ ਲੱਤ ਦੁਖਦੀ ਆ ਹਲੇ ਵੀ ਨਹੀਂ ਖੱਲੀਆਂ ਚੜਨੋਂ ਹੱਡੀਆਂ ਤੇਰੀਆਂ ਕੱਥੇ ਹੱਡੀਆਂ ਨੇ ਕਰਾੜ ਚੱਲਦੇ ਆ ਹਾਂ ਕਰਾੜ ਚੱਲਦੇ ਆ मिंटू दी ट्रेनिंग डेट आ गई मिंटू ट्रेनिंग लैन लई अपने घरों चला गया मिंटू दे जान तो बाद उसका दोस्त नशे दी दल दल विच दसदा ही गया ते पूरे 6 महीने बाद एक दिन ओए बब्बू ओए हेलो ओए हाँ जली कितने ओए कम कर साढ़े यार तू इतने सेवियाँ जा जा इतने थोड़े बब्बू नशे की ओवरडोज करके मर गया यार आ जा